बच्चा जेड़ा वा ओ एक कोरा कागज़ आ ते ओते जो तुसी लिखोगे उन्हें ओही पढ़ना मतलब ओते ओही उकरना वा नहीं नहीं पंजाबी है साड़ी मात भाषा वा इस करके असी सारा कुछ सिखाने इन्हां नूं पंजाबी। हाँ जी घरे हमेशा पंजाबी इंग्लिश तां जदों ही बोलदी उदों भी असी मना करदे आ वी नहीं पंजाबी बोलो। मेरा जोर हुंदा ज्यादातर भी इन्हां नूं पंजाबी च ही गल करन। हुण गड्डी च भी जे कितें जांदे आ कोई गीत पंजाबी दा चलदा मैं इन्हां नूं कहना भी आह शब्द बोलिया इहदा की अर्थ आ इहदा मैनूं शब्द दा अर्थ दसो। ਪੰਜ ਤਖਤ ਸਾਹਿਬਾਨ ਦਾ ਨਾਮ ਪਤਾ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਐਂ ਪਤਾ ਤੁਹਾਨੂੰ? ਹਾਂਜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ, ਤਖਤ ਸ੍ਰੀ ਪਟਨਾ ਸਾਹਿਬ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਤਖਤ ਸ੍ਰੀ ਹਜ਼ੂਰ ਸਾਹਿਬ ਜੀ, ਤਖਤ ਸ੍ਰੀ ਦਮਦਮਾ ਸਾਹਿਬ ਜੀ। ਸਾਡਾ ਮੇਨ ਤਾਂ ਹੈਗਾ ਜੀ ਵੀ ਪੰਜਾਬੀ ਨਾਲ ਹੀ ਜੁੜ ਕੇ ਰਹਿਣ। ਜੇ ਪੰਜਾਬੀ ਭਾਸ਼ਾ ਆਊਗੀ ਤਾਂ ਪੰਜਾਬੀ ਦੀਆਂ ਜੜ੍ਹਾਂ ਨਾਲ ਜੁੜਨਗੇ। ਜੇ ਪੰਜਾਬੀ ਵੀ ਭੁੱਲ ਗਏ ਆਪਾਂ ਉਸ ਤੋਂ ਫਿਰ ਬਾਅਦ ਫਿਰ ਆਪਾਂ ਇਤਿਹਾਸ ਕੀ ਦੱਸਾਂਗੇ? ਜੇ ਪੰਜਾਬੀ ਵੀ ਨਹੀਂ ਹੁੰਦੀ ਤਾਂ ਫਿਰ ਕੁਛ ਵੀ ਨਹੀਂ ਦੱਸ ਸਕਦੇ ਜੀ ਆਪਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀ USA ਦੇ ਨਾਲ ਅਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਸਿਆਣੇ ਲੋਕ ਕਹਿੰਦੇ ਵੀ ਬੱਚਾ ਜਿਹੜਾ ਵਾ ਉਹ ਇੱਕ ਕੋਰਾ ਕਾਗਜ਼ ਆ ਅਤੇ ਉਹ 'ਤੇ ਜੋ ਤੁਸੀਂ ਲਿਖੋਗੇ ਉਹਨੇ ਉਹੀ ਪੜ੍ਹਨਾ ਮਤਲਬ ਉਹ 'ਤੇ ਉਹੀ ਉਕਰਨਾ ਵਾ। ਸੋ ਇਹ ਸਾਰਾ ਕੁਝ ਸਾਡੀ ਪਰਵਰਿਸ਼ 'ਤੇ ਡਿਪੈਂਡ ਆ ਚੀਜ਼ਾਂ ਕਿ ਅਸੀਂ ਸਾਡਾ ਬੱਚਾ ਵੱਡਾ ਹੋ ਕੇ ਕਿਹੋ ਜਿਹਾ ਬਣਦਾ ਵਾ। ਮਾਪਿਆਂ ਉੱਤੇ ਬਹੁਤ ਗੱਲਾਂ ਮੁਨਸਰ ਨੇ। ਮੇਰੇ ਨਾਲ 3 ਬੱਚੀਆਂ ਨੇ ਅਤੇ ਇਹ ਇਹਨਾਂ ਦੀ ਉਮਰ ਸ਼ਾਇਦ ਵੱਡੀ ਦੀ ਉਮਰ ਵੱਧ ਤੋਂ ਵੱਧ 9-10 ਸਾਲ ਹੋਣੀ ਹੈ ਮੇਰੇ ਖਿਆਲ ਦੇ ਨਾਲ, ਜੇ ਮੈਂ ਝੂਠ ਨਾ। 10 ਸਾਲ ਦੀ ਹੈ ਵੱਡੀ ਕੁੜੀ ਅਤੇ ਸਭ ਤੋਂ ਛੋਟੀ ਕਿੰਨੇ ਸਾਲ ਦੀ ਹੈ? 5 ਸਾਲ ਦੀ। ਇਹਨਾਂ ਬੱਚੀਆਂ ਦੇ ਵਿੱਚ ਖਾਸ ਗੱਲ ਇਹ ਆ ਵੀ ਇਹਨਾਂ ਨੂੰ ਦੇਸੀ ਮਹੀਨਿਆਂ ਦੇ ਨਾਲ ਚੇਤ, ਵਿਸਾਖ, ਜੇਠ ਜਿਹੜਾ ਆਪਾਂ ਲੈਂਦੇ ਹਾਂ ਹੈ ਨਾ, ਪਿੰਡ 5 ਜਿਹੜੇ ਪਿਆਰੇ ਨੇ ਉਹਨਾਂ ਦੇ ਨਾਮ, ਗੁਰੂ ਸਾਹਿਬਾਨ ਦੇ ਨਾਮ, 5 ਤਖਤਾਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਸਿੱਖ ਇਤਿਹਾਸ ਦੇ ਵਿੱਚ, ਹਾਂਜੀ, ਬਹੁਤ ਵੱਡੇ ਜਿਹੜੇ ਸਾਡੇ ਯੋਧੇ ਹੋਏ ਨੇ ਉਹਨਾਂ ਦੇ ਨਾਮ ਅਤੇ ਗੁਰੂ ਸਾਹਿਬਾਨ ਦੇ ਨਾਮ ਇਹਨਾਂ ਦੇ ਮੂੰਹ ਜ਼ਬਾਨ ਯਾਦ ਨੇ। ਤੁਹਾਨੂੰ ਲੱਗੂਗਾ ਕਿ ਇਹ ਗੱਲਾਂ ਸ਼ਾਇਦ ਨੋਰਮਲ ਨੇ, ਪਰ ਨੋਰਮਲ ਨਹੀਂ ਆ। ਬੱਚੀ ਮੇਰੇ ਖਿਆਲ 5 ਸਾਲਾਂ ਦੀ ਹੋਣੀ ਹੈ ਅਤੇ ਇਹਦੇ ਵੀ ਇਹ ਸਾਰੀ ਚੀਜ਼ਾਂ ਯਾਦ ਨੇ, ਪਰ ਇਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇਹਨਾਂ ਦੇ ਮਾਪਿਆਂ ਦੇ ਨਾਲ ਗੱਲਬਾਤ ਕਰਦਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਤੁਹਾਡਾ? ਮਨਦੀਪ ਕੌਰ। ਭੈਣ ਜੀ, ਸਾਨੂੰ ਇਹ ਦੱਸੋ ਵੀ ਇਹ ਜਿਹੜੀਆਂ ਮੈਂ ਚੀਜ਼ਾਂ ਕਹੀਆਂ ਕਿ ਵਾਕਈ ਤਿੰਨਾਂ ਦੇ ਸਾਰੀਆਂ ਯਾਦ ਨੇ ਜਾ ਕੇ ਕਿਤੇ? ਨਹੀਂ, ਤਿੰਨਾਂ ਛੋਟੀ ਦੇ ਤਾਂ ਨਹੀਂ ਹੈ, ਇਹਨਾਂ ਦੇ ਜਿਵੇਂ ਗੁਰੂ ਆਹ 4 ਸਾਹਿਬਜ਼ਾਦਿਆਂ ਦੇ ਨਾਮ, 5 ਕਕਾਰਾਂ ਦੇ ਨਾਮ ਅਤੇ ਦੇਸੀ ਮਹੀਨਿਆਂ ਦੇ ਨਾਮ। ਹਾਂਜੀ, ਵੱਡੀਆਂ ਦੇ ਸਾਰਾ ਕੁਛ ਆਉਂਦਾ। ਇਹ ਤਾਂ ਮੈਂ ਦੇਸੀ ਮਹੀਨਿਆਂ ਦੇ ਨਾਮ ਹੀ ਪੁੱਛੂੰਗਾ ਕਿਉਂਕਿ ਮੈਂ ਬੜੇ ਔਖੇ ਯਾਦ ਕੀਤੇ ਸੀ ਨਿੱਕੇ ਹੁੰਦੇ ਨੇ। ਅੱਛਾ, ਮੈਨੂੰ ਇਹ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਇਹਨਾਂ ਨੂੰ ਇਹ ਯਾਦ ਕਰਾਉਣਾ ਹੈ, ਜੇ ਇਹਨਾਂ ਦੇ ਆਪਦਾ ਹੀ ਰੁਝਾਨ ਸੀਗਾ? ਨਹੀਂ ਨਹੀਂ ਪੰਜਾਬੀ ਹੈ ਸਾਡੀ ਮਾਤ ਭਾਸ਼ਾ ਵਾ, ਇਸ ਕਰਕੇ ਅਸੀਂ ਸਾਰਾ ਕੁਛ ਸਿਖਾਉਂਦੇ ਹਾਂ ਇਹਨਾਂ ਨੂੰ ਪੰਜਾਬੀ। ਹਾਂਜੀ, ਘਰੇ ਹਮੇਸ਼ਾ ਪੰਜਾਬੀ, ਇੰਗਲਿਸ਼ ਤਾਂ ਜਦੋਂ ਇਹ ਬੋਲਦੀਆਂ ਉਦੋਂ ਵੀ ਅਸੀਂ ਮਨਾ ਕਰਦੇ ਹਾਂ ਵੀ ਨਹੀਂ ਪੰਜਾਬੀ ਬੋਲੋ। ਸਕੂਲ 'ਚ ਇੰਗਲਿਸ਼? ਹਾਂਜੀ, ਵੱਡੀ ਹੈਗੀ ਹੈ ਮੇਰੀ 5th ਗ੍ਰੇਡ 'ਚ ਆ ਅਤੇ ਇਹ 3rd 'ਚ ਆ, ਇਹ ਹਜੇ ਹੁਣੇ ਟੀਕੇ 'ਚ ਗਈ ਆ। ਸਾਨੂੰ ਹੋ ਗਏ ਜੀ 2013 'ਚ ਆਏ ਸੀਗੇ। ਹਾਂਜੀ, 6 ਮਤਲਬ ਤੁਸੀਂ ਬਹੁਤ ਵਧੀਆ ਲੱਗਦਾ ਜੀ, ਜਿਵੇਂ ਹੁਣ ਗੁਰੂ ਨਾਨਕ ਦੇਵ ਜੀ ਦੇ ਕੁਐਸਚਨ ਆਨਸਰ ਆ। ਹਾਂਜੀ, ਉਹਦੇ ਰਿਲੇਟਡ ਇਹਨਾਂ ਨੂੰ ਇਤਿਹਾਸ ਦਾ ਦੱਸੀ ਦਾ ਵੀ ਅੱਜ ਆਹ ਦੇਣਾ, ਇਹਦੇ ਵਿੱਚ ਅੱਜ ਕੀ ਹੋਇਆ, ਕਾਹਤੋਂ ਆਪਾਂ ਮਨਾ ਰਹੇ ਹਾਂ, ਕਿਉਂ ਸੈਲੀਬ੍ਰੇਟ ਕਰ ਰਹੇ ਹਾਂ, ਕੀ ਰੀਜ਼ਨ ਆ ਉਹਦਾ। ਅਤੇ ਮੇਰਾ ਜ਼ੋਰ ਹੁੰਦਾ ਜ਼ਿਆਦਾਤਰ ਵੀ ਇਹਨਾਂ ਨੂੰ ਪੰਜਾਬੀ 'ਚ ਹੀ ਗੱਲ ਕਰਨ। ਹੁਣ ਗੱਡੀ 'ਚ ਵੀ ਜੇ ਕਿਤੇ ਜਾਂਦੇ ਹਾਂ ਕੋਈ ਗੀਤ ਪੰਜਾਬੀ ਦਾ ਚੱਲਦਾ ਮੈਂ ਇਹਨਾਂ ਨੂੰ ਕਹਿਣਾ ਵੀ ਆਹ ਸ਼ਬਦ ਬੋਲਿਆ ਇਹਦਾ ਕੀ ਅਰਥ ਆ ਇਹਦਾ ਮੈਨੂੰ ਸ਼ਬਦ ਦਾ ਅਰਥ ਦੱਸੋ। ਅਤੇ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੈਨੂੰ ਦੇਸੀ ਮਹੀਨਿਆਂ ਦੇ ਨਾਮ ਦੱਸੋ। ਦੇਸੀ ਮਹੀਨਿਆਂ ਦੇ ਚੇਤ ਵਿਹਾਰ ਚੇਤ ਹਾਰਟ ਸਾਵਨ ਪਾਦਰ ਉਸਵ ਕਤਕ ਮਗਰ ਪੋ ਮਾਗ ਫਗਨ। ਥੈਂਕ ਯੂ। ਸੋ ਸੁਣਿਆ ਉੱਚੀ ਬੋਲ ਬੱਚੀ ਦੀ ਆਵਾਜ਼ ਹੀ, ਵੈਤ ਵੀ ਵੈਸੇ ਛੋਟਾ ਹੀ ਹੈ,
ਅੱਛਾ ਕਿੰਨਾ ਚਿਰ ਚ ਭੈਣ ਜੀ ਯਾਦ ਹੋਏ ਇਹਨਾਂ ਦੇ ਸਾਰਾ ਜੀ? ਡੇਲੀ ਕਰਦੇ ਆ ਨਾ ਅਸੀਂ, ਜਿਵੇਂ ਸਾਡੀ ਰੂਟੀਨ ਹੀ ਆ, ਜਿਵੇਂ ਸਵੇਰੇ ਉੱਠ ਕੇ ਇਹਨਾਂ ਨੇ ਪਾਠ ਕਰਕੇ ਹੀ ਜਾਣਾ ਘਰੋਂ ਸਕੂਲ। ਜਿਵੇਂ ਇਹਨਾਂ ਨੂੰ ਹਜੇ ਚਲੋ 5 ਪੌੜੀਆਂ ਆਉਂਦੀਆਂ ਪਾਠ ਦੀਆਂ ਜਪਜੀ ਸਾਹਿਬ ਦੀਆਂ। ਜਿਵੇਂ ਇਹਨਾਂ ਦਾ ਜਿਵੇਂ ਛੋਟੀ ਨੂੰ ਆ ਵੀ ਇਹਨੂੰ ਆਈ ਆ ਵੀ ਜਿਵੇਂ 4 ਸਾਹਿਬਜ਼ਾਦਿਆਂ ਦੇ ਨਾਮ ਬੋਲਣੇ ਆ, ਮੂਲ ਮੰਤਰ ਬੋਲਣਾ, 5 ਕਕਾਰਾਂ ਦੇ ਨਾਮ ਬੋਲਣੇ ਆ, ਇਹਨੂੰ ਐਂ ਲੱਗਦਾ ਹੁੰਦੇ ਸੀਗੇ ਪਾਠ ਆ ਵੀ ਮੇਰੇ ਲਈ ਹਜੇ ਛੋਟੀ ਆ ਵੱਡੇ। ਹਾਂਜੀ ਬੱਚੀ, 4 ਸਾਹਿਬਜ਼ਾਦਿਆਂ ਦੇ ਨਾਮ ਦੱਸੋ ਉੱਚੀ ਬੋਲਿਓ। ਬਾਬਾ ਬਾਬਾ ਅਜੀਤ ਸਿੰਘ ਜੀ, ਬਾਬਾ ਜਗਤਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਅੱਛਾ, ਤੇ ਕਕਾਰਾਂ ਦੇ ਨਾਮ ਵੀ ਦੱਸੋ। ਕਕਾ ਕੇਸ਼, ਕਕਾ ਕੰਗਾ, ਕਕਾ ਕਪਾਨ, ਕਕਾ ਕਸ਼ੇਰਾ। ਚਲੋ ਕੋਈ ਨਾ, ਵਿਸਰ ਜਾਂਦਾ। ਅੱਛਾ ਵੱਡੀ ਬੱਚੀ, ਤੁਸੀਂ ਆਓ ਬੱਚੇ ਇੱਧਰ ਮੇਰੇ ਨਾਲ। ਕੀ ਨਾਮ ਹੈ ਤੁਹਾਡਾ? ਮਨਵੀਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਅੱਜ ਆਪਾਂ ਕਿਉਂ ਇਕੱਠੇ ਹੋਏ ਹਾਂ ਗੁਰਦੁਆਰਾ ਸਾਹਿਬ, ਪਤਾ ਤੁਹਾਨੂੰ? ਗੁਰੂ ਨਾਨਕ ਦੇਵ ਜੀ ਦਾ ਬਰਥਡੇ। ਅੱਛਾ, ਪ੍ਰਕਾਸ਼ ਪੁਰਬ ਹੈ, ਠੀਕ ਹੈ, ਕੋਈ ਗੱਲ ਨਹੀਂ। ਅੱਛਾ, ਉਹਨਾਂ ਦਾ ਜਨਮ ਕਦੋਂ ਹੋਇਆ ਸੀ ਯਾਦ ਹੈ ਤੁਹਾਨੂੰ? ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ? ਕੱਤਕ ਦੀ ਪੂਰਨਮਾਸ਼ੀ 1469 ਨੂੰ। ਅੱਛਾ ਠੀਕ ਹੈ, ਤਾਂ ਇੰਗਲਿਸ਼ ਯਾਦ ਹੈ ਇਹਨਾਂ ਨੂੰ, ਇੰਗਲਿਸ਼ ਯਾਦ ਹੈ। ਅੱਛਾ, ਇਹ ਜਿਹੜੀਆਂ ਚੀਜ਼ਾਂ ਨੇ, ਮਤਲਬ ਜਿਵੇਂ ਆਪਾਂ ਅੱਜ ਆਗਮਨ ਪੁਰਬ ਆ, ਅੱਜ ਤੁਸੀਂ ਜਿਵੇਂ ਇੱਥੇ ਆਏ, ਇਹ ਇਹਨਾਂ ਨੂੰ ਸਾਰਾ ਦੱਸ ਦਿਓ ਦਿਨ ਦਾ ਇਤਿਹਾਸ ਕੀ ਹੈ। ਹਾਂਜੀ, ਇਹਨੂੰ ਛੋਟੀ ਗੁੜੀਆਂ ਨੂੰ ਕੀ ਯਾਦ ਹੈ ਇਹਨੂੰ? ਅੱਛਾ ਠੀਕ ਹੈ। ਅੱਛਾ, 5 ਕਾਰਾਂ ਦੇ ਇਹਨੇ ਕਰਤੇ ਆ। ਕੀ ਕੀ ਨਾਮ ਹੈ ਤੁਹਾਡਾ? ਵੀਰ। ਅੱਛਾ, 5 ਤਖਤ ਸਾਹਿਬਾਨ ਦਾ ਨਾਮ ਪਤਾ, ਜਿਵੇਂ ਸ੍ਰੀ ਅਕਾਲ ਤਖਤ ਸਾਹਿਬ, ਐਂ ਪਤਾ ਤੁਹਾਨੂੰ? ਹਾਂਜੀ, ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ, ਤਖਤ ਸ੍ਰੀ ਪਟਨਾ ਸਾਹਿਬ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਤਖਤ ਸ੍ਰੀ ਹਜ਼ੂਰ ਸਾਹਿਬ ਜੀ, ਤਖਤ ਸ੍ਰੀ ਦਮਦਮਾ ਸਾਹਿਬ ਜੀ। ਵਾਹਿਗੁਰੂ। ਕੀ ਬਾਤ ਹੈ, ਸੋ ਇਹ ਤਾਂ ਨਹੀਂ, ਕਿਉਂਕਿ ਜਿੰਨੇ ਜਿੰਨੇ ਬੱਚੇ, ਜਿੰਨੀਆਂ ਜਿੰਨੀਆਂ ਉਮਰਾਂ ਨੇ, ਉਸ ਹਿਸਾਬ ਦੇ ਨਾਲ ਬਹੁਤ ਚੀਜ਼ਾਂ ਯਾਦ ਨੇ ਇਹਨਾਂ ਦੇ, ਬਹੁਤ ਸਾਰੀਆਂ ਚੀਜ਼ਾਂ ਯਾਦ ਨੇ, ਦੇਸੀ ਮਹੀਨਾ ਤੋਂ ਲੈ ਕੇ ਗੁਰੂ ਸਾਹਿਬਾਨ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, ਕਕਾਰਾਂ। ਅੱਛਾ ਭੈਣ ਜੀ, ਇਹ ਦੱਸੋ ਵੀ ਇਹ ਤਾਂ ਚਲੋ ਹੁਣ ਸਿੱਖ ਧਰਮ ਬਾਰੇ ਆਪਾਂ ਜੋ ਇੱਕ ਸਭ ਨੂੰ ਪਤਾ ਹੋਣੀ ਚਾਹੀਦੀ ਚੀਜ਼ ਉਹ ਆ, ਹੁਣ ਤੁਹਾਡਾ ਅਗਲਾ ਟੀਚਾ ਕੀ ਹੈ ਵੀ ਇਹਨਾਂ ਨੂੰ ਕੀ ਦੱਸਣਾ ਸੀ? ਸਾਡਾ ਮੇਨ ਤਾਂ ਹੈਗਾ ਜੀ ਵੀ ਪੰਜਾਬੀ ਨਾਲ ਹੀ ਜੁੜ ਕੇ ਰਹਿਣ। ਜੇ ਪੰਜਾਬੀ ਭਾਸ਼ਾ ਆਊਗੀ ਤਾਂ ਪੰਜਾਬੀ ਦੀਆਂ ਜੜ੍ਹਾਂ ਨਾਲ ਜੁੜਨਗੇ। ਜੇ ਪੰਜਾਬੀ ਵੀ ਭੁੱਲ ਗਏ ਆਪਾਂ, ਉਸ ਤੋਂ ਫਿਰ ਬਾਅਦ ਫਿਰ ਆਪਾਂ ਇਤਿਹਾਸ ਕੀ ਦੱਸਾਂਗੇ? ਜੇ ਪੰਜਾਬੀ ਵੀ ਨਹੀਂ ਹੁੰਦੀ ਤਾਂ ਫਿਰ ਕੁਛ ਵੀ ਨਹੀਂ ਦੱਸ ਸਕਦੇ ਜੀ ਆਪਾਂ। ਗੁਰੂ ਸਾਹਿਬਾਨ ਦੇ ਨਾਮ ਇੱਕ ਬੱਚੀ ਤੋਂ ਪੁੱਛ ਲੈਂਦੇ ਦੱਸੋ। ਹਾਂਜੀ, ਕੀ ਗੁਰੂ ਸਾਹਿਬਾਨ ਦੇ ਨਾਮ ਪਤਾ? 10 ਗੁਰੂ ਸਾਹਿਬਾਨ ਦੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਤਖਤ ਸ੍ਰੀ ਅਕਾਲ ਤਖਤ। ਗੁਰੂ ਸਾਹਿਬਾਨ, ਗੁਰੂ ਸਾਹਿਬਾਨ। ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ, ਤਨ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ, ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ, ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ, ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ, ਤਨ ਤਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ, ਤਨ ਤਨ ਸ਼੍ਰੀ ਗੁਰੂ ਰਾਜ ਸਾਹਿਬ ਜੀ, ਤਨ ਤਨ ਸ਼੍ਰੀ ਗੁਰੂ ਕ੍ਰਿਸ਼ਨ ਸਿੰਘ ਜੀ, ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਾਂ ਗੁਰੂ ਦੀ ਜੋ, ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ, ਹਾਂਜੀ, ਇਹ ਬੱਚੀ ਕੀ, ਇਹਨੂੰ ਕੀ ਯਾਦ ਆ? ਅੱਛਾ ਠੀਕ ਆ, ਹਾਂਜੀ ਬੋਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਵਿੰਦ ਕੌਰ ਹੈ। ਉੱਚੀ ਬੋਲੋ। ਮੇਰਾ ਨਾਮ ਜਸਵਿੰਦ ਕੌਰ, ਮੈਂ ਤੁਹਾਨੂੰ 5 ਪੌੜੀਆਂ ਦਾ ਪਾਠ ਸੁਣਾਉਂਗੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਵਸੀ ਪੀ ਸਚ ਸੱਚੇ ਸੋਚਣਾ ਹੋਵੇ ਜੇ ਸੋਚੇ ਲਖਵਾਰ ਪੱਖੇ ਪੱਖ ਨਾ ਉਤਰੀ ਜੇ ਬੰਨਾ ਭਰੀਆਂ ਪਾਰ ਸੈਨ ਸੈਨ ਸਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿ ਹੁਸ਼ਿਆਰਾ ਹੋਈਏ ਕਿ ਗੋਰੇ ਦੁੱਤੇ ਪਾਰ ਹੁਕਮ ਜਾਈ ਚੱਲਣਾ ਨਾਲ ਇੰਕ ਲਿਖਿਆ ਨਾਲ ਹੁਕਮੀ ਉਵਣ ਜੀ ਹੁਕਮ ਮਿਲੇ ਵੜਿਆਈ ਹੁਕਮੀ ਉੱਤਰ ਨੀਚੋ ਹੁਕਮ ਲੱਖ ਦੁੱਖ ਸੁੱਖ ਪਾਈਏ ਇੱਕ ਨਾ ਹੁਕਮੀ ਬਖਸੀਸੇ ਹੁਕਮੇ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੁਮੇ ਕੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀ ਸਨ ਗਾਵੇ ਕੋ ਕੁੰਡੇ ਆਈਆਂ ਤਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਚੇਲੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦ ਰਹ ਦੂਰ ਕਟਨਾ ਕਥੀ ਨਾ ਆਵੇ ਤੋ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦਿਲਾਂ ਦੇ ਥਕ ਪਾਹੇ ਜੁਗੋ ਚੁਕੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਲਿਖਸੇ ਵੇਪ ਰਾਹੂ ਸੱਚਾ ਸਾਹਿਬ ਸੱਚ ਨਾਏ ਪਾਖਿਆ ਪਾਓ ਪਾਰ ਆਖੇ ਮੰਗੇ ਦੇ ਦਏ ਦਾਤ ਕਰੇ ਤਾਦਾਰ ਫਿਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ ਮੌਕੇ ਬੋਲਣ ਬੋਲੀਏ
ਜਿੱਥੋਂ ਤੇਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਜੇ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਾ ਤੇਰੇ ਮੁੱਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਤਿਨ ਪਾਇਆ ਮਾਣ ਨਾਨਕ ਕਾਵਿਆ ਗੁਣੀ ਦਾ ਆਣ ਗਾਵੀ ਸੁਣੀਏ ਮਨ ਰੱਖਿਆ ਪਾਓ ਦੁੱਖ ਪਹਿਰ ਸੁਕਰ ਲਜੇ ਗੁਰ ਨਾਦਮ ਗੁਰ ਵੇਦਮ ਗੁਰ ਨੇ ਆਸਮਾਏ ਗੁਰ ਈਸਰ ਗੁਰ ਗੁਰ ਬਰਮਾ ਗੁਰ ਕਰ ਪਾਰਪਤੀ ਮਾਏ ਜੇ ਹੋ ਜਾਣਾ ਅੱਖਣ ਆਏ ਕਹਿਣਾ ਕਥਨ ਨਾ ਜਾਏ ਗੁਰੂ ਨਾਨਕ ਦੇਵ ਜਾਏ ਸਭਨਾ ਜੀ ਅੰਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਚਿਰ ਚ ਯਾਦ ਹੋਇਆ ਭੈਣ? ਇਹ ਵੀਰੇ ਛੇਤੀ ਯਾਦ ਕਰ ਗਈ ਸੀਗੀ, ਛੋਟੀ ਸੀ ਜਦੋਂ ਦਾ ਇਹਨੂੰ ਆਉਂਦਾ ਏ। ਹਾਂਜੀ 6 ਸਾਲ ਦੀ ਸੀਗੀ ਜਦੋਂ ਦੀ, ਹੁਣ ਇਹ 10 ਸਾਲ ਦੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ। ਸੋ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ।